ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਦੀ ਕਵਿਤਾ ਦੀ ਚਾਰ ਪੰਕਤੀਆਂ ਤੋਂ ਮੈਂ ਆਪਣੀ ਗੱਲ ਸ਼ੁਰੂ ਕਰਾਂਗੀ, ਜੋ ਸਮ ਅਪ ਕਰੇਗਾ ਕਿ ਔਰਤ ਕੀ ਹੈ। ਜੋ ਲਾਵੇ ਫੱਟਾਂ 'ਤੇ ਮਲਹਮ, ਮੈਂ ਉਹ ਬਾਤ ਹਾਂ। ਜੋ ਟਲ ਕੇ ਲਿਆਏ ਨਈਂ ਸਵੇਰ, ਮੈਂ ਉਹ ਰਾਤ ਹਾਂ। ਛੱਡ ਜਾਂਦੇ ਨੇ ਲੋਕ ਅਤੇ ਬਣਾ ਕੇ ਰਿਸ਼ਤੇ, ਜੋ ਜੋੜੇ ਟੁੱਟੇ ਰਿਸ਼ਤਿਆਂ ਦੀ ਤੰਦ ਨੂੰ, ਮੈਂ ਉਹ ਔਰਤ ਜ਼ਾਤ ਹਾਂ। ਮਾਈ ਹਾਰਟਫੈਲਟ ਕੋਂਗਰੈਚੁਲੇਸ਼ਨਸ ਐਂਡ ਗ੍ਰੈਟੀਟਿਊਡ ਟੂ ਦੀ ਮੈਨੇਜਮੈਂਟ ਕਮੇਟੀ ਮਾਤਾ ਸੁੰਦਰੀ ਕਾਲਜ, ਪ੍ਰਿੰਸੀਪਲ ਮੈਮ ਸਰਦਾਰ ਹਰਿੰਦਰਪਾਲ ਸਿੰਘ ਜੀ, ਚੇਅਰਮੈਨ ਗੁਰਮਤ ਕਾਲਜ, ਜਿਨ੍ਹਾਂ ਦੇ ਗੁਰਮਤ ਕਾਲਜ ਦੀ ਹੀ ਮੈਂ ਸਟੂਡੈਂਟ ਹਾਂ। ਡਿਸਟਿੰਗੁਇਸ਼ ਸਪੀਕਰਸ ਮੈਡਮ ਤਾਹਿਰਾ ਐਂਡ ਡਾਕਟਰ ਪਰਮਵੀਰ ਸਿੰਘ, ਜਿਨ੍ਹਾਂ ਦੇ ਅੰਡਰ ਮੈਂ ਆਪਣਾ ਪ੍ਰੋਜੈਕਟ ਪਰਸੂ ਕਰ ਰਹੀ ਹਾਂ। ਅਸੀਂ ਵੁਮੈਨ ਐਮਪਾਵਰਮੈਂਟ ਦੀ ਗੱਲ ਅੱਜ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਦੇ ਨਾਲ ਕਰਨੀ ਹਾਂ। ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ, ਪਰਮਾਤਮਾ ਦੀ ਉਸਤਤ ਨੂੰ ਗਾਣਾ ਔਰ ਸੁਣਨਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਇੰਪੋਰਟੈਂਸ ਦਿੱਤੀ ਹੈ, ਸੁਪਰੀਮ ਮੰਨਿਆ, ਲੇਕਿਨ ਉਹਦੀ ਜਿਹੜੀ ਫਾਊਂਡੇਸ਼ਨ ਹੈ ਉਹ ਵਿਚਾਰ ਦੇ ਉੱਤੇ ਖੜੀ ਕੀਤੀ ਹੋਈ ਹੈ ਕਿ ਜਦ ਤੱਕ ਅਸੀਂ ਸ਼ਬਦ ਦੇ ਉੱਤੇ, ਫਿਲੋਸਫੀ ਦੇ ਉੱਤੇ ਵਿਚਾਰ ਨਹੀਂ ਕਰਾਂਗੇ, ਉਹ ਸਾਡੇ ਜੀਵਨ ਦਾ ਹਿੱਸਾ ਨਹੀਂ ਬਣ ਸਕਦੀ। ਵਿਚਾਰ ਚੱਲੇਗਾ ਇਸ ਤਰ੍ਹਾਂ ਦੇ ਸੈਮੀਨਾਰਸ 'ਚ ਜੋ ਕਿ ਇਸ ਕਾਲਜ ਨੇ, ਔਰ ਬੜੇ ਕਰੰਟ ਟੋਪਿਕ ਦੇ ਜਿਹਦੀ ਕਿ ਨੀਡ ਹੈ। ਅੱਜ ਦਾ ਜੋ ਟਾਈਮ ਅਸੀਂ ਦੇਖ ਰਹੇ ਹਾਂ, ਤਿੰਨ ਚੀਜ਼ਾਂ ਦੇ ਨਾਲ ਅਸੀਂ ਵੁਮੈਨ ਦੀ ਉਹਦਾ ਓਪਰੈਸ਼ਨ ਔਰ ਉਹਦਾ ਸਪਰੈਸ਼ਨ, ਤਿੰਨ ਚੀਜ਼ਾਂ ਨੂੰ ਅਸੀਂ ਬਲੇਮ ਕਰਦੇ ਹਾਂ। ਫਸਟ ਇਜ਼ ਰਿਲੀਜਨ, ਸੈਕਿੰਡ ਇਜ਼ ਹਿਸਟਰੀ ਐਂਡ ਥਰਡ ਇਜ਼ ਟ੍ਰੈਡੀਸ਼ਨ। ਰਿਲੀਜਨ ਨੂੰ ਅਸੀਂ ਪੰਜਾਬੀ ਧਰਮ ਕਹਾਂਗੇ, ਅਸੀਂ ਕਹਿੰਦੇ ਹਾਂ ਕਿ ਧਰਮ ਦੇ ਵਿੱਚ ਹੀ ਉਹਦੀ ਔਰਤ ਦੇ ਨਾਲ ਜ਼ਾਤੀ ਕੀਤੀ ਗਈ, ਲੇਕਿਨ ਮਨੁਸਮ੍ਰਿਤੀ ਧਰਮ ਕਹਿੰਦੀ ਹੈ ਧ੍ਰਿਤੀ ਸ਼ਮਾ ਦਮੋਸਤਯਮ ਸ਼ੌਚਮ ਇੰਦਰੀਯ ਨਿਗ੍ਰਹਾ ਧਿਰ ਵਿਦਿਆ ਸਤਿਅਮ ਅਕਰੋਧੋ ਦਸ਼ਮ ਧਰਮਾਂ ਲਕਸ਼ਣਮ। 10 ਧਰਮ ਦੇ ਲਕਸ਼ਣ ਮਨੁਸਮ੍ਰਿਤੀ ਨੇ ਸਾਡੇ ਸਾਹਮਣੇ ਰੱਖੇ, ਜਿਹਦੇ ਵਿੱਚ ਸੱਚਾਈ, ਸਵੱਛਤਾ, ਸੰਜਮ, ਸੀਲ, ਓਨੈਸਟੀ, ਟਰੁੱਥਫੁਲਨੈਸ, 10 ਲਕਸ਼ਣ। ਲੇਕਿਨ ਇੱਥੇ ਕਿਤੇ ਵੀ ਸਾਨੂੰ ਬਾਇਸ ਦੇਖਣ ਨੂੰ ਜਾਂ ਸਮਝਣ ਨੂੰ ਨਹੀਂ ਮਿਲ ਰਿਹਾ ਮੇਲ ਫੀਮੇਲ ਦੇ ਵਿੱਚ। ਔਰ ਗੁਰੂ ਸਾਹਿਬ ਨੇ ਧਰਮ ਦੀ ਜੋ ਪਰਿਭਾਸ਼ਾ ਸਾਡੇ ਸਾਹਮਣੇ ਰੱਖੀ ਹੈ, ਪ੍ਰਿਵ੍ਰਿਤ ਨਿਵ੍ਰਿਤ ਹਾਠਾਂ ਦੋਏ ਵਿੱਚ ਧਰਮ ਫਿਰੇ ਰਹਿਵਾਰਿਆ। ਸਪਿਰਿਚੁਅਲ ਔਰ ਟੈਂਪੋਰਲ ਲਾਈਫ ਦਾ ਪਰਫੈਕਟ ਬੈਲੈਂਸ ਹੈ ਜਿਹੜਾ, ਉਹ ਧਰਮ ਹੈ। ਤੋ ਇਹਦੇ ਵਿੱਚ ਵੀ ਕਿਤੇ ਸਾਨੂੰ ਬਾਇਸ ਨਹੀਂ ਨਜ਼ਰ ਆਉਂਦਾ। ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਜਿਸ ਟਾਈਮ ਅਸੀਂ ਵੁਮੈਨ ਐਮਪਾਵਰਮੈਂਟ ਔਰ ਵੁਮੈਨ ਲਿਬਰੇਸ਼ਨ ਦੇ ਨਾਲ ਜੋੜਨਾ, ਤਾਂ ਸਾਨੂੰ ਅੱਜ ਦੇ ਹਾਲਾਤਾਂ ਦੇ ਵਿੱਚ ਉਹਨੂੰ ਸਟੱਡੀ ਕਰਨਾ ਪਏਗਾ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਈਸੋਲੇਸ਼ਨ ਦੇ ਵਿੱਚ ਸਟੱਡੀ ਨਹੀਂ ਕਰ ਸਕਦੇ। ਅਸੀਂ ਵੁਮੈਨ ਐਮਪਾਵਰਮੈਂਟ ਨੂੰ ਜੋੜ ਦਿੱਤਾ ਐਜੂਕੇਸ਼ਨ ਦੇ ਨਾਲ, ਔਰ ਅਸੀਂ ਵੁਮੈਨ ਐਮਪਾਵਰਮੈਂਟ ਨੂੰ ਜੋੜਿਆ ਫਾਈਨੈਂਸ਼ੀਅਲ ਸਟੇਬਿਲਿਟੀ ਦੇ ਨਾਲ ਜਾਂ ਫਾਈਨੈਂਸ਼ੀਅਲ ਇੰਡੀਪੈਂਡੈਂਸ ਦੇ ਨਾਲ, ਐਂਡ ਦੈਨ ਸਾਡੀ ਡਿਸੀਜਨ ਮੇਕਿੰਗ ਦੇ ਨਾਲ। ਤਿੰਨ ਚੀਜ਼ਾਂ ਦੇ ਉੱਤੇ ਅਸੀਂ ਵੁਮੈਨ ਐਮਪਾਵਰਮੈਂਟ ਨੂੰ ਖੜਾ ਕੀਤਾ। ਐਜੂਕੇਸ਼ਨ ਬਹੁਤ ਹੱਦ ਤੱਕ ਲੜਕੀਆਂ ਔਰਤਾਂ 'ਚ ਆ ਗਈ, ਜੋਬਸ ਆ ਗਈਆਂ, ਫਾਈਨੈਂਸ਼ੀਅਲ ਇੰਡੀਪੈਂਡੈਂਸ ਵੀ ਆ ਗਈ, ਸੀਨੀਅਰ ਪੋਜੀਸ਼ਨਸ 'ਤੇ ਆ ਗਈ, ਐਂਡ ਡਿਸੀਜਨ ਦੀ ਸਾਨੂੰ ਆਪਣੇ ਲਾਈਫ ਪਾਰਟਨਰਸ ਚੁਣਨ ਦੀ ਵੀ ਆਜ਼ਾਦੀ ਆ ਗਈ, ਔਰ ਅਸੀਂ ਸ਼ਾਦੀ ਕਰੀਏ ਨਾ ਕਰੀਏ ਇਹ ਵੀ ਆਜ਼ਾਦੀ ਬਹੁਤ ਹੱਦ ਤੱਕ ਸਾਡੇ ਵਿੱਚ ਆ ਗਈ। ਲੇਕਿਨ ਕਿਆ ਐਮਪਾਵਰਮੈਂਟ ਮਿਲ ਗਈ ਸਾਨੂੰ? ਕਿਆ ਵੀ ਆਰ ਲਿਬਰੇਟਡ? ਜੋ 14th century 'ਚੋਂ ਇੱਕ ਮੂਵਮੈਂਟ ਚਲਦੀ ਚੱਲੀ ਆ ਰਹੀ ਹੈ, ਹੱਕ ਮੰਗ ਰਹੀ ਹੈ, ਲਿਬਰੇਸ਼ਨ ਮੰਗ ਰਹੀ ਹੈ, ਉੱਥੇ ਦੇ ਉੱਥੇ ਹੀ ਅਸੀਂ ਖੜ੍ਹੇ ਹਾਂ। ਵੁਮੈਨ ਐਮਪਾਵਰਮੈਂਟ ਇੰਟਰਨਲ ਹੈ, ਐਜੂਕੇਸ਼ਨ ਐਕਸਟਰਨਲ ਹੈ। ਵੁਮੈਨ ਐਮਪਾਵਰਮੈਂਟ ਇੰਟਰਨਲ ਹੈ, ਔਰ ਸਾਡੀ ਜੋਬਸ, ਫਾਈਨੈਂਸ਼ੀਅਲ ਸਟੇਬਿਲਿਟੀ ਐਕਸਟਰਨਲ ਹੈ। ਅਸੀਂ ਐਕਸਟਰਨਲ ਚੀਜ਼ਾਂ ਦੇ ਉੱਤੇ ਜਿੰਨਾ ਫੋਰਸ ਦਿੰਦੇ ਚਲੇ ਜਾ ਰਹੇ ਹਾਂ, ਅਸੀਂ ਅੰਦਰੋਂ ਉਤਨੇ ਵੀਕ ਔਰ ਵਲਨਰੇਬਲ ਹੁੰਦੇ ਜਾ ਰਹੇ ਹਾਂ। ਐਜੂਕੇਸ਼ਨ ਦੀ ਅਸੀਂ ਅਗਰ ਗੱਲ ਕਰਦੇ ਹਾਂ ਤਾਂ ਲੇਡੀ ਡਾਕਟਰਸ ਹਨ ਜਾਂ ਨੇਵੀ ਦੇ ਵਿੱਚ ਜਿਹੜੇ ਸੀਨੀਅਰ ਪੋਜੀਸ਼ਨ 'ਤੇ ਲੇਡੀਜ਼ ਗਏ ਹਨ, ਦੇ ਹੈਵ ਕਮਿਟਡ ਸੁਸਾਈਡ। ਐਜੂਕੇਸ਼ਨ ਦੀ ਕਮੀ ਨਹੀਂ ਹੈ, ਉਹਨਾਂ ਨੂੰ ਫਾਈਨੈਂਸ ਦੀ ਵੀ ਕਮੀ ਨਹੀਂ ਹੈ, ਡਿਸੀਜਨ ਦੀ ਵੀ ਕਮੀ ਨਹੀਂ ਹੈ, ਆਪਣੀ ਮਰਜ਼ੀ ਦਾ ਪ੍ਰੋਫੈਸ਼ਨ ਹੈ, ਬਟ ਕਿਉਂ ਕਿਉਂ ਨਹੀਂ ਵੁਮੈਨ ਐਮਪਾਵਰਮੈਂਟ ਜਾਂ ਲਿਬਰੇਸ਼ਨ ਹਾਲੇ ਵੀ ਅਸੀਂ ਮੰਗ ਰਹੇ ਹਾਂ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਤਿੰਨ ਸਟੇਜਸ ਦੇ ਵਿੱਚ ਇਹਨੂੰ ਦੇਖਾਂਗੇ। ਫਸਟ ਇਜ਼ ਮੈਟਾਫਿਜ਼ੀਕਲ ਸਟੇਜ, ਜਦੋਂ ਕਿ ਗੁਰੂ ਸਾਹਿਬ ਨੇ ਇੱਕ ਸਪਿਰਿਚੁਅਲ ਇਕੁਐਲਿਟੀ ਕ੍ਰੀਏਟ ਕੀਤੀ ਹੈ, ਏਕੇ ਕੰਨ ਸਭਾਏ ਨਾਰ, ਜੀਵ ਇਸਤਰੀ ਦੀ ਗੱਲ ਕਰਦੀ ਹੈ ਕਿ ਆਤਮਿਕ ਤੌਰ ਦੇ ਉੱਤੇ ਸਾਰੀਆਂ ਹੀ ਜੀਵ ਇਸਤਰੀਆਂ ਨੇ, ਔਰ ਉਹਨਾਂ ਦਾ ਜਿਹੜਾ ਏਮ ਹੈ ਪਰਮਾਤਮਾ ਤੱਕ ਜਾਣਾ। ਕਪੈਸਿਟੀ ਔਰ ਕੈਪੇਬਿਲਿਟੀਜ਼ ਗੁਰੂ ਸਾਹਿਬ ਨੇ ਬਿਲਕੁਲ ਬਰਾਬਰ ਕਰਕੇ ਰੱਖੀਆਂ ਹਨ। ਉਸ ਤੋਂ ਬਾਅਦ ਗੁਰੂ ਸਾਹਿਬ ਮੈਟਾਫਿਜ਼ੀਕਲ ਥੋਟ ਨੂੰ ਫਿਜ਼ੀਕਲ ਲੈਵਲ ਦੇ ਉੱਤੇ ਲੈ ਕੇ ਆਏ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਆਪਣੀ ਲਾਈਫ ਦੇ ਵਿੱਚ ਉਤਾਰਾਂਗੇ, ਜਦ ਤੱਕ ਲਾਈਫ 'ਚ ਨਹੀਂ ਉਤਾਰਦੇ, ਸਪਿਰਿਚੁਅਲ ਐਸਪੈਕਟ ਅਗਰ ਅਸੀਂ ਉਹਦੇ ਵਿੱਚ ਸਪਿਰਿਚੁਅਲੀ ਰੱਖਾਂਗੇ, ਤਾਂ ਵੇ ਆਫ ਲਾਈਫ ਸਾਡਾ ਕਦੀ ਬਦਲ ਨਹੀਂ ਸਕਦਾ। ਵੀ ਕਾਂਟ ਲਰਨ, ਵੀ ਕਾਂਟ ਇੰਪਰੂਵ। ਉਸ ਤੋਂ ਬਾਅਦ ਦੁਬਾਰਾ ਇਹ ਜਰਨੀ ਫਰੋਮ ਫਿਜ਼ੀਕਲ ਟੂ ਮੈਟਾਫਿਜ਼ੀਕਲ ਚੱਲੀਏ, ਕਿਉਂਕਿ ਅਲਟੀਮੇਟ ਜਿਹੜਾ ਏਮ ਹੈ ਹਰ ਸੋਲ ਦਾ ਉਹ
ਸੈਲਫ ਰਿਅਲਾਈਜੇਸ਼ਨ ਹੈ ਜਾਂ ਸੈਲਵੇਸ਼ਨ ਹੈ, ਨਿਰਵਾਣਾ ਹੈ, ਜਿਹੜੀ ਮਰਜ਼ੀ ਅਸੀਂ ਟਰਮ ਬੋਲੀਏ। ਫਿਜ਼ੀਕਲ ਜਦੋਂ ਗੁਰੂ ਸਾਹਿਬ ਸਾਡੇ ਵਾਸਤੇ ਥੋਟ ਲੈ ਕੇ ਆਏ ਤਾਂ ਬਹੁਤ ਸਾਰੀ ਬਾਣੀ ਉਹਨਾਂ ਨੇ ਦਿੱਤੀ ਹੈ, ਜਿਹੜੀ ਇਆਣੀ, ਸਿਆਣੀ, ਸੁਹਾਗਣ, ਦੁਹਾਗਣ, ਗੁਣਵੰਤੀ, ਬੱਤੀ ਸੁਲੱਖਣੀ, ਇਹਨਾਂ ਦੇ ਉੱਤੇ ਔਰਤਾਂ ਦੇ ਉੱਪਰ ਸਪੈਸੀਫਾਈ ਕੀਤੀ ਹੈ। ਸਪਿਰਿਚੁਅਲ ਔਰ ਟੈਂਪਰਲ ਥੋਟ ਦੋਨੋਂ ਚੱਲ ਰਿਹਾ ਹੈ। ਇਆਣੀ ਇਜ਼ ਇਗਨੋਰੈਂਟ, ਜਿਹਨੂੰ ਪਤਾ ਹੀ ਨਹੀਂ ਹੈ, ਔਰ ਸਿਆਣੀ ਇਜ਼ ਹੂ ਇਜ਼ ਫੁੱਲ ਔਫ ਵਿਜ਼ਡਮ। ਤੋ ਸਾਡੀ ਇਹ ਜਿਹੜੀ ਜਰਨੀ ਅੱਜ ਸੈਮੀਨਾਰ ਦੀ ਚਲੇਗੀ, ਇਹ ਇਆਣੀ ਤੋਂ ਸਿਆਣੀ ਤੱਕ ਜਾਏਗੀ, ਔਰ ਸੈਲਫ ਰਿਫਲੈਕਸ਼ਨ ਹੈ ਇਹਦੇ ਵਿੱਚ। ਕੋਈ ਕਿਸੇ ਨੂੰ ਪਿੰਨਪੁਆਇੰਟ ਨਹੀਂ ਕਰ ਸਕਦਾ ਕਿ ਕੌਣ ਵੁਮੈਨ ਕਿੱਥੇ ਇੰਪਾਵਰਮੈਂਟ 'ਤੇ ਇਸਟੈਬਲਿਸ਼ ਹੋ ਚੁੱਕੀ ਹੈ ਜਾਂ ਨਹੀਂ, ਬਿਕੋਜ਼ ਆਈ ਪਰਸਨਲੀ ਫੀਲ ਵੁਮੈਨ ਇੰਪਾਵਰਮੈਂਟ ਇੰਡੀਵਿਜੁਅਲ ਸ਼ੁਰੂ ਹੋਏਗੀ, ਉਹ ਕਦੀ ਵੀ ਕਲੈਕਟਿਵ ਨਹੀਂ ਹੋ ਸਕਦੀ, ਕਿਉਂਕਿ ਹਰ ਇਨਸਾਨ ਦੇ ਹਾਲਾਤ, ਹਰ ਇਨਸਾਨ ਦੀ ਮੈਂਟਲ ਸਟੇਟ ਅਲੱਗ ਹੈ। ਸੋ ਇਟ ਇਜ਼ ਆਲਵੇਜ਼ ਇੰਡੀਵਿਜੁਅਲ, ਨੋਟ ਕਲੈਕਟਿਵ। ਸੈਕਿੰਡਲੀ, ਐਜੂਕੇਸ਼ਨ ਔਰ ਫਾਈਨੈਂਸ ਦੇ ਉੱਤੇ ਵੀ ਇਹ ਬੇਸਡ ਨਹੀਂ ਹੈਗੀ ਹੈ। ਜਿਸ ਟਾਈਮ ਅਸੀਂ ਸੁਹਾਗਣ ਦੀ ਗੱਲ ਕਰ ਰਹੇ ਹਾਂ ਜਾਂ ਸਿਆਣੀ ਦੀ ਗੱਲ ਕਰ ਰਹੇ ਹਾਂ, ਗੁਣਵੰਤੀ ਦੀ, ਗੁਰੂ ਸਾਹਿਬ ਨੇ ਇੱਕ ਮਲਟੀ ਡਾਇਮੈਂਸ਼ਨਲ ਪਰਸਨੈਲਿਟੀ, ਸ਼ੀ ਇਜ਼ ਐਵਰ ਗਰੋਇੰਗ, ਐਵਰ ਇਵੋਲਵਿੰਗ। ਜੋ ਵੁਮਨ ਆਫ ਸਬਸਟੈਂਸ ਅੱਜ ਅਸੀਂ ਟਰਮਸ ਯੂਜ਼ ਕਰ ਰਹੇ ਹਾਂ, ਗੁਰੂ ਸਾਹਿਬ ਨੇ ਕੋਈ ਦਬੀ ਹੋਈ ਔਰਤ, ਕੁਚਲੀ ਔਰਤ ਦੀ ਗੱਲ ਨਹੀਂ ਕੀਤੀ। ਜਿਸ ਟਾਈਮ ਸਾਡੇ ਸਾਹਮਣੇ ਸਪਿਰਿਚੁਅਲ ਇਕੁਆਲਿਟੀ ਦੀ ਗੱਲ ਤਾਹਿਰਾ ਨੇ ਵੀ ਕੀਤੀ, ਸਰ ਨੇ ਵੀ ਕੀਤੀ ਹੈ, ਸਪਿਰਿਚੁਅਲ ਇਕੁਆਲਿਟੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਕਿਤੇ ਔਰਤ ਨੂੰ ਇੱਕ ਵੀਕ ਜੈਂਡਰ ਜਾਂ ਉਹਨੂੰ ਇੱਕ ਪ੍ਰੋਟੈਕਸ਼ਨ ਦੇਣ ਦੀ ਗੱਲ ਨਹੀਂ ਕੀਤੀ ਕਿ ਇਹਨੂੰ ਪ੍ਰੋਟੈਕਸ਼ਨ ਦੀ ਜ਼ਰੂਰਤ ਹੈ। ਬਟ ਨੋਟ ਇਨ ਦੈਟ ਰਿਸਪੈਕਟ, ਜਿਸ ਰਿਸਪੈਕਟ 'ਚ ਅਸੀਂ ਅੱਜ ਪ੍ਰੋਟੈਕਸ਼ਨ ਦੀ ਗੱਲ ਕਰ ਰਹੇ ਹਾਂ। ਆਸਾ ਕਿ ਵਾਰ ਅਸੀਂ ਲੋਕ ਰੋਜ਼ ਪੜ੍ਹਦੇ ਹਾਂ ਔਰ ਅਸੀਂ ਇਸ ਪੰਕਤੀ ਨੂੰ ਬਹੁਤ ਕੋਟ ਕਰਦੇ ਹਾਂ, ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ। ਇਹ ਪੰਕਤੀ ਇੰਨੀ ਸਿੰਪਲ ਨਹੀਂ ਹੈ ਜਿੰਨੀ ਅਸੀਂ ਇਹਨੂੰ ਸਿੰਪਲ ਬਣਾ ਦਿੱਤਾ। ਅੱਜ ਅਗਰ ਅਸੀਂ ਦੇਖਾਂਗੇ ਤਾਂ ਇਹਦੇ ਵਿੱਚ ਤਿੰਨ ਸਟੇਜਸ ਕੰਮ ਕਰ ਰਹੀਆਂ ਨੇ। ਫਸਟ ਇਜ਼ ਅਸੈਪਟ ਦੇਅਰ ਆਈਡੈਂਟਿਟੀ, ਸੈਕਿੰਡ ਇਜ਼ ਰਿਸਪੈਕਟ ਦੇਅਰ ਆਈਡੈਂਟਿਟੀ, ਆਈਡੈਂਟਿਟੀ ਆਫ ਦ ਵੁਮਨ, ਐਂਡ ਥਰਡ ਇਜ਼ ਪ੍ਰੋਟੈਕਟ। ਫਸਟ ਇਜ਼ ਅਸੈਪਟ, ਹੁਣ ਹੋਂਦ ਨੂੰ ਉਹਨਾਂ ਦੀ ਅਸੈਪਟ ਕਰਨਾ। ਜਿਸ ਟਾਈਮ ਅਸੀਂ ਫੀਮੇਲ ਇਨਫੈਂਟੀਸਾਈਡ ਇੰਨਾ ਜ਼ਿਆਦਾ ਹੋ ਚੁੱਕਾ ਹੈ, ਔਰ ਫੀਮੇਲ ਫੀਟੀਸਾਈਡ ਜਿਹੜਾ ਸਿਰਫ ਰੂਰਲ ਏਰੀਆਜ਼ 'ਚ ਨਹੀਂ ਹੈ, ਸੋ ਕਾਲਡ ਐਜੂਕੇਟਿਡ ਐਂਡ ਇਲੀਟ ਕਪਲਸ ਇੰਡਲਜ ਕਰਦੇ ਹਨ। ਅਸੀਂ ਕਹਿ ਰਹੇ ਹਾਂ ਕਿ ਇੱਕ ਪੁਰਸ਼ ਉਹਦੀ ਹੋਂਦ ਨੂੰ ਅਸੈਪਟ ਕਰੇ, ਇੱਕ ਔਰਤ ਦੀ ਮਾਨਸਿਕਤਾ ਵੀ ਬੇਟੇ ਵਾਸਤੇ ਹੈ, ਔਰਤ ਪਹਿਲੇ ਅਸੈਪਟ ਕਰੇ ਉਸਦੀ ਹੋਂਦ ਨੂੰ, ਇੱਕ ਔਰਤ ਨੂੰ ਅਸੈਪਟ ਕਰੇ, ਇੱਕ ਔਰਤ ਦੇ ਡਰੀਮਸ, ਡਿਜ਼ਾਇਰਸ, ਐਸਪੀਰੇਸ਼ਨਸ ਨੂੰ ਅਸੈਪਟ ਕਰੇ। ਸੈਕਿੰਡ ਆਏਗਾ ਰਿਸਪੈਕਟ, ਤੁਸੀਂ ਰਿਸਪੈਕਟ ਉਹਨੂੰ ਹੀ ਕਰੋਗੇ ਜਿਹਨੂੰ ਤੁਸੀਂ ਦਿਲੋਂ ਅਸੈਪਟ ਕੀਤਾ। ਗੁਰੂ ਸਾਹਿਬ ਦਾ ਪੂਰਾ ਫਲਸਫਾ ਇਨਕਲੂਜਨ ਦੇ ਉੱਪਰ ਹੈ, ਉਹਨਾਂ ਨੇ ਕਦੀ ਵੀ ਚੋਇਸ ਦੇ ਬੇਸ ਦੇ ਉੱਤੇ ਇਨਕਲੂਡ ਨਹੀਂ ਕੀਤਾ, ਹੀ ਅਸੈਪਟਿਡ ਆਲ ਐਂਡ ਦੈਨ ਉਹਦੇ ਉੱਤੇ ਰਿਸਪੈਕਟ ਪੂਰੀ ਬੇਸ ਸੀ। ਥਰਡ ਇਜ਼ ਪ੍ਰੋਟੈਕਸ਼ਨ, ਪ੍ਰੋਟੈਕਸ਼ਨ ਨੋਟ ਇਨ ਦਾ ਫਿਜ਼ੀਕਲ ਸੈਂਸ ਕਿ ਉਹ ਔਰਤ ਕਮਜ਼ੋਰ ਹੈ, ਪ੍ਰੋਟੈਕਸ਼ਨ ਹੈ ਦੈਟ ਯੂ ਸਟੈਂਡ ਬਾਏ ਹਰ। ਜਿਸ ਤਰ੍ਹਾਂ ਇੱਕ ਕੰਪਲੀਮੈਂਟਰੀ ਰੋਲ ਹੁੰਦਾ ਹੈ ਕਪਲ ਦਾ, ਜੋ ਸਰ ਨੇ ਵੀ ਗੱਲ ਕੀਤੀ ਹੈ, ਯੂ ਮਸਟ ਸਪੋਰਟ ਹਰ ਤਾਂ ਕਿ ਉਹ ਆਪਣਾ ਫੁੱਲ ਪੋਟੈਂਸ਼ੀਅਲ ਰਿਲਾਈਜ਼ ਕਰ ਸਕੇ, ਐਜ ਪੇਰੈਂਟਸ ਆਲਸੋ, ਐਜ ਇਨ ਲੋਜ਼ ਐਂਡ ਐਜ ਹਸਬੈਂਡ ਆਲਸੋ। 16 December ਦੇ ਰੇਪ ਕੇਸ ਤੋਂ ਬਾਅਦ ਮਲਟੀਪਲ ਰੇਪ ਕੇਸਿਸ, ਗੈਂਗ ਰੇਪ ਸਾਡੇ ਸਾਹਮਣੇ ਆਏ, ਔਰ ਜੈਂਡਰ ਸੈਂਸਿਟਿਵਿਟੀ ਦੀ ਗੱਲ ਅਸੀਂ ਸਾਰੇ ਸੁਣ ਵੀ ਰਹੇ ਹਾਂ, ਨਿਊਜ਼ ਪੇਪਰਸ 'ਚ ਵੀ ਪੜ੍ਹ ਰਹੇ ਹਾਂ, ਔਰ ਬਹੁਤ ਸਾਰੇ ਸਕੂਲਸ ਔਰ ਕਾਲਜਸ ਦੇ ਵਿੱਚ ਜੈਂਡਰ ਸੈਂਸਿਟਿਵਿਟੀ ਦੇ ਉੱਤੇ ਵਰਕਸ਼ਾਪਸ ਹੋਈਆਂ, ਈਵਨ ਨਿਊਜ਼ ਪੇਪਰਸ ਨੇ ਪਾਰਟੀਸਿਪੇਟ ਕੀਤਾ। ਬਟ ਪ੍ਰੋਬਲਮ ਇਜ਼ ਕਿ ਸਾਡੀ ਪੂਰੀ ਅੰਡਰਸਟੈਂਡਿੰਗ ਵੁਮੈਨ ਇੰਪਾਵਰਮੈਂਟ ਦੀ ਰੋਂਗ ਡਾਇਰੈਕਸ਼ਨ ਹੈ ਜਾ ਚੁੱਕੀ ਹੈ, ਜੈਂਡਰ ਸੈਂਸਿਟਿਵਿਟੀ ਰੋਂਗ ਡਾਇਰੈਕਸ਼ਨ ਹੈ। ਦੇਰ ਇਜ਼ ਅ ਹਿਊਜ ਡਿਫਰੈਂਸ ਬਿਟਵੀਨ ਜੈਂਡਰ ਐਂਡ ਸੈਕਸ। ਅਸੀਂ ਆਮ ਤੌਰ 'ਤੇ ਜਦੋਂ ਫਾਰਮ ਭਰਨੇ ਹਾਂ ਅਸੀਂ ਲਿਖ ਦਿੰਦੇ ਹਾਂ ਜੈਂਡਰ ਮੇਲ ਐਂਡ ਫੀਮੇਲ, ਦੈਟ ਇਜ਼ ਸੈਕਸ। ਸੈਕਸ ਹੋਏਗਾ ਜਿਹੜਾ ਬਾਇਓਲੋਜੀਕਲੀ ਡਿਟਰਮਿਨ ਕਰੇਗਾ ਕਿ ਮੈਂ ਪੁਰਸ਼ ਹਾਂ ਜਾਂ ਇਸਤਰੀ ਹਾਂ। ਜੈਂਡਰ ਦੇ ਵਿੱਚ ਆਉਂਦਾ ਫੈਮਿਨਨ ਐਂਡ ਮੈਸਕੁਲਿਨ ਟ੍ਰੇਟਸ। ਇੱਕ ਔਰਤ ਦੇ ਅੰਦਰ ਮੈਸਕੁਲਿਨਿਟੀ ਹੋ ਸਕਦੀ ਹੈ, ਦਿਸ ਇਜ਼ ਇੰਟਰਨਲ ਸਟੇਟ। ਇੱਕ ਪੁਰਸ਼ ਜਿਹੜਾ ਹੈ ਫੈਮਿਨਨ ਹੋ ਸਕਦਾ ਹੈ ਆਪਣੇ ਟ੍ਰੇਟਸ ਤੋਂ, ਐਂਡ ਦਿਸ ਇਨਵੋਲਵਸ ਕਲਚਰ, ਦਿਸ ਇਨਵੋਲਵਸ ਸੋਸ਼ਲ ਸੈਟਅਪ ਕਿ ਤੁਹਾਡਾ ਰੋਲ ਸਮਾਜ 'ਚ ਕੀ ਹੈ, ਐਜ਼ ਅ ਮੈਨ ਤੁਸੀਂ ਕੀ ਹੋ। ਨਾ ਅਸੀਂ ਇੱਕ ਸਲੋਗਨ ਦਿੱਤਾ ਸੀ, ਰੀਅਲ ਮੈਨ ਡੋਂਟ ਰੇਪ, ਉਹਦੇ ਵਿੱਚ ਅਸੀਂ ਮੈਸਕੁਲਿਨਿਟੀ ਨੂੰ ਲੈ ਰਹੇ ਹਾਂ ਕਿ ਉਹ ਇਹਦੇ ਉੱਤੇ ਬੇਸ ਨਹੀਂ ਕਰ ਰਹੀ ਹੈ। ਇਟ ਇਜ਼ ਹਾਊ ਯੂ ਬਿਹੇਵ ਇਨ ਅ ਸੋਸ਼ਲ ਸੈਟਅਪ। ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਔਰ ਇਹ ਡੈਫੀਨੇਸ਼ਨ ਮੇਰੀ ਨਹੀਂ ਹੈ, ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਦੀ ਹੈ, ਇਹਨੂੰ ਯੂਨੈਸਕੋ ਮੰਨਦਾ, ਇਹਨੂੰ UN ਮੰਨਦਾ, ਸੋ ਦਿਸ ਇਜ਼ ਨੋਟ ਮਾਈ ਡੈਫੀਨੇਸ਼ਨ। ਅਗਰ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫੈਮਿਨਿਜ਼ਮ ਨੂੰ ਦੇਖੀਏ, ਕਿਤੇ ਵੀ ਫੀਮੇਲ ਦੀ ਗੱਲ ਨਹੀਂ ਹੈ। ਜਿੰਨੇ ਵੀ ਇੰਪੋਰਟੈਂਟ ਕਾਨਸੈਪਟਸ ਲਏ, ਨੇਚਰ ਦੀ ਗੱਲ ਹੈ, ਪ੍ਰਾਕ੍ਰਿਤੀ ਬਲਿਹਾਰੀ ਕੁਦਰਤ ਵਸਿਆ, ਫੈਮਿਨਿਨ ਹੈ, ਵੀ ਨੈਵਰ ਸੇ ਨੇਚਰ ਫੀਮੇਲ ਹੈ। ਦੈਨ ਮਾਤਾ ਭਰਤ ਮਾਤ ਫੈਮਿਨਿਨ ਹੈ, ਉਸ ਤੋਂ ਬਾਅਦ ਸੰਗਤ ਫੈਮਿਨਿਨ ਹੈ, ਗੁਰਬਾਣੀ ਫੈਮਿਨਿਨ ਹੈ,
शब्द जोत जोत हर तुम में जोत धरी फेमिनिन है, सूरत फेमिनिन है, क्योंकि पूरी जड़ी जर्नी है जड़ा रिलेशन है वो शब्द और सूरत है, सूरत ने शब्द नज लीन होना है, उन्हें शब्द तक पहुंचना है, ऑल दीज आर फेमिनिन। और एना दे देर इज वन थिंग इज कॉमन, दैट इज दे आर गिविंग इन नेचर, दे आर फॉरगिविंग, दे आर लविंग, उन्हों के अंदर पेशेंस है, टॉलरेंस है। जो साड़ी वर्चूज फेमिनिन वर्चूज की जो गल है असी उन्हों वीकनेस समझ के डिस्कार्ड करते जा रहे हैं, सानू लग रहा है कि सिर्फ एजुकेशन अगों असी बोल दईए टॉलरेंस बिल्कुल खत्म। दो तरह की पर्सनैलिटीज या दो तरह के टेंपरमेंट्स वुमेन के सामने आए, वन इज टोटल सबमिशन सबजुकेशन एंड सेकेंड इज टोटल रेबल, लेकिन जिहड़ा विच दा बैलेंस है दैट इज़ वूमन एम्पावरमेंट। और उत्थे सानू सारिआं नू एज अ वूमन एज अ मैन जो भी मर्जी असी लईए उत्थे सानू जाके देखना पएगा कि असी कित्थे खड़े होए आ। गुरु ग्रंथ साहिब दे विच चेयरमैन सर ने भी बोलिया कि जाग सलौंदड़िए दी गल होई है, इट हैज़ बोथ स्पिरिचुअल एज वैल एज वर्ल्डी मैटर, मतलब गुरु साहिब सानू सूरत नू जगाण नू गल कर रहे ने। अगर असी सूरत नू भी लईए क्योंकि सूरत ने जदों शब्द जाना है तो स्पिरिचुअल एस्पेक्ट है, सूरत ने जदों अपनी लाइफ नू डील करना है वर्ल्डी लाइफ आना है तो वह साडा टेंपोरल एस्पेक्ट है। गुरु साहब ने जाग ही क्यों शब्द की वरतों की है, जाग अपने आप दे विच दो अवस्था है, वन इज़ अराइज एंड द अदर इज़ अवेक। अराइज इज़ उठना, असी सारे उठे हुए हैं लेकिन जागे हुए असी बहुत बहुत लिमिटेड। तद ही गुरबाणी सानू कह रही है इस ग्रह में को जागत रहे, जागना इज़ कंप्लीट अंडरस्टैंडिंग तुहाड़ी की पोजिशन है, तुहाड़ी की होंद है, तुहाड़ी की डिजायर्स हैं, तुहाड़े की रोल है एज अ मदर, तुहानू दसना पएगा। बहुत सारे केसिस विच साइकेट्रिस्ट दे कोल असी देखिया जाके कि बच्चा अगर ड्रग एडिक्ट है या बच्चा डिप्रेशन में चला गया तो मदर का जवाब हों सू पता नहीं, ईवन फादर का भी यही जवाब हों सू पता नहीं। सो एज पेरेंट्स वैन यू डोंट नो, तो एज अ मदर यू डोंट नो, मदर तो ज़्यादा नज़दीक एक बच्चे से कोई भी नहीं हो सकता, और एक बच्चा जिन्ना अपनी मदर की गल न समझेगा या अपनी मदर न क्लोजली माइनिटली हर चीज़ दसेगा वो किसी भी नहीं दस सकता। गुरु ग्रंथ साहब ने जो एम्पावरमेंट दी और लिबरेशन दी गल की, जदों असी एम्पावर्ड हो जावांगे व्हेन वी अंडरस्टैंड व्हाट इज़ वुमेन एम्पावरमेंट इन अ राइट वे, फिर सानू लिबरेशन मंगन दी जरूरत नहीं है क्योंकि हले असी लिबरेट बाहरों नहीं होना अंदरों ही होना, अपनी मेंटल प्रिजन अचा। तो गुरु साहब ने कहा तुसी जाए पुछो सुहागणी तुसी राविया किनी गुणी जी सहज संतोख सिगारिया मिठा बोलनी। असी शिंगार आउटवर्ड लेता हुआ है, मेरी ड्रेसेस हैं, मेरी मेकअप है, मेरी ज्वेलरी है, आई एम नॉट कंडेमिंग एनीथिंग कि कोई की ड्रेस पाँदा, लेकिन गुरु साहब ने शिंगार सानू वैल्यूज़ का दता, सहज इनर काम एक स्टेट है, सहज संतोख इज कंटेंटमेंट दैट इज़ रिक्वायर्ड एंड सिगारिया मिठा बोलनी इज़ नेचर। गुरु साहब ने साड़ी नेचर की गल की है, नाउ वी नीड टू लुक इन टू आर सेल्स कि साढ़े विच कितने कितने हैगा या नहीं हैगा, वी आर रेडी टू ब्लास्ट, सानू कोई भी अगर कुछ कहना है इफ़ वी आर इन कॉलेज इफ वी आर इन स्कूल वी आर जस्ट रेडी टू ब्लास्ट। स्कूल की एज और कॉलेज की एज तो मैं निकली हाँ, सो आई नो कि अगर सानू कोई दसदा तो दो चीज़ा मैं ऑब्जर्व की स्टूडेंट लाइफ के बिच एंड नाउ एज अ जर्नलिस्ट जसों असी मूव करते हैं अपनी स्टोरीज के वास्ते, देर इज़ अ कन्फ्यूजन स्कूल के स्टूडेंट्स कॉलेज के स्टूडेंट्स। फस्ट उन्होंने मॉडर्निटी और वैसटनाइजेशन की कन्फ्यूजन है, मॉडर्निटी का तलक माइंड के नाल है, जो टेक्निकल एडवांसमेंट्स आ रही हैं लाइक सोशल नेटवर्किंग साइट फॉर एग्जाम्पल या जो भी नवी चीज़ आ रही है उन्होंने यूज़ करना थोड़ा माइंड कितनी जल्दी ग्रास्प करता है, यू नीड टू यूज़ इट, वो मॉडर्निटी है। लेकिन जो वैसटनाइजेशन है दैट इज़ असी इंग्लिश बोलने बहुत सुप्रीम समझा, आई एम नॉट कंडेमिंग एनी लैंग्वेज, दैन असी ड्रेसिज वैसटन आउटफिट्स यह सानू लग रहा कि दिस इज़ मॉडर्निटी, दिस इज़ नॉट मॉडर्निटी, एंड यह साढ़े अंदर एक हर्ड मैंटैलिटी, हर्ड मैंटैलिटी जानवरों के अंदर होंगी है, अगर एक गाय छलांग लगाए तो बाकी गाय भी नाल ही छलांग लगानगियाँ, दिस इज़ वॉट वी हैव बिकम, असी अपने आप को एक जानवर की तरह बना लेता है, वी आर सो इनसिक्योर्ड वी आर सो स्केयर्ड, असी कल्ले नहीं चलना चाहते, वी वॉन्ट टू बी पार्ट ऑफ द ग्रुप विच इज़ नॉट बैड, लेकिन किस ग्रुप तुहाडी अपनी आइडेंटिटी जिहड़ी है किस तरह डिवेलप होएगी। दैन देर इज़ अ कन्फ्यूजन बिटवीन गोल एंड परपस, तुहाडी लाइफ का गोल प्रोफेसनल हो सकता है, मनी नाल रिलेटेड हो सकता है, दैट इज़ नॉट योर परपस ऑफ लाइफ, परपस ऑफ लाइफ सानू डिफरेंट है, दैन यू हैव टू मूव टूवर्ड्स सोसाइटी जदों तुसी परपस ढूंढोगे। और औरत दे अंदर है सारी क्वालिटीज़,
ਸ਼ੀ ਹੈਜ਼ ਦੈਟ ਕੈਪੇਬਿਲਿਟੀ ਜਿਹੜੀ 9 ਮਹੀਨੇ ਇੱਕ ਬੱਚੇ ਨੂੰ ਵੂਮ ਵਿੱਚ ਰੱਖ ਕੇ ਜਨਮ ਦੇ ਸਕਦੀ ਹੈ, ਸ਼ੀ ਹੈਜ਼ ਦੈਟ ਸਟਰੈਂਥ। ਜਦੋਂ ਅਸੀਂ ਗ੍ਰਸਥ ਦੀ ਗੱਲ ਕਰਦੇ ਹਾਂ, ਅਸੀਂ ਸਾਰੇ ਕਹਿੰਦੇ ਹਾਂ ਕਿ ਸਿੱਖ ਧਰਮ ਗ੍ਰਸਥ ਪ੍ਰਧਾਨ ਹੈ, ਔਰ ਅਸੀਂ ਬੜੀ ਸ਼ਾਨ ਨਾਲ ਦੱਸਦੇ ਹਾਂ ਯੋਗੀਆਂ ਨੂੰ ਉਪਦੇਸ਼ ਦਿੱਤਾ, ਲੇਕਿਨ ਕਿਸ ਤਰ੍ਹਾਂ ਦਾ ਗ੍ਰਸਥ ਸੀ? ਜੋ ਸਰ ਨੇ ਹੁਣੇ ਗੱਲ ਕੀਤੀ, ਜੋ ਕਪਲ ਦੀ ਇਕੁਏਸ਼ਨ ਉਹਨਾਂ ਨੇ ਦੱਸੀ ਹੈ, ਏਕ ਜੋਤ ਦੋਏ ਮੂਰਤੀ ਤਨ ਫਿਰ ਕਹੀਏ ਸੋਈ, ਗੁਰੂ ਸਾਹਿਬ ਨੇ ਕਿਤੇ ਇਹ ਨਹੀਂ ਦੱਸਿਆ ਹੋਇਆ ਕਿ ਮੇਲ ਸੁਪਰੀਮ ਹੈ ਜਾਂ ਫੀਮੇਲ ਸੁਪਰੀਮ ਹੈ। ਅੱਜ ਜੋ ਕੋਆਪਰੇਸ਼ਨ, ਬਿਕੋਜ਼ ਦੇ ਬੋਥ ਕੰਪਲੀਮੈਂਟ ਈਚ ਅਦਰ, ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਲੇਕਿਨ ਅੱਜ ਜੋ ਇੱਕ ਕਪਲ ਦਾ ਰਿਲੇਸ਼ਨਸ਼ਿਪ ਹੈ, ਦੈਟ ਇਜ਼ ਬੇਸਡ ਔਨ ਕੰਪੀਟੀਸ਼ਨ, ਬਿਕੋਜ਼ ਬੋਥ ਆਰ ਵਰਕਿੰਗ, ਤੋ ਇਹਨਾਂ ਨੂੰ ਲੱਗਦਾ ਹੈ ਕਿ ਦਿਸ ਇਜ਼ ਅ ਬਿਗ ਇਸ਼ੂ ਕਿ ਅਸੀਂ ਦੋਨੋਂ ਕੰਮ ਕਰ ਰਹੇ ਹਾਂ, ਜਾਂ ਮੇਰੀ ਜੋਬ ਸੁਪੀਰੀਅਰ ਹੈ, ਜਾਂ ਮੈਂ ਕਾਰ ਹੀ ਕਿਉਂ ਦੇਖਾਂ। ਲੇਕਿਨ ਸਾਡੇ ਸਾਹਮਣੇ ਅਗਰ ਅਸੀਂ ਡੀਪਲੀ ਇਸ ਚੀਜ਼ ਨੂੰ ਐਨਾਲਾਈਜ਼ ਵੀ ਕਰੀਏ ਔਰ ਸਟੱਡੀ ਵੀ ਕਰੀਏ, ਤਾਂ ਫਾਦਰ ਦਾ ਰੋਲ ਔਰ ਉਹਦਾ ਟੈਂਪਰਮੈਂਟ ਔਰ ਇੱਕ ਮਦਰ ਦਾ ਰੋਲ ਇੰਟਾਇਰਲੀ ਡਿਫਰੈਂਟ ਹੈ। ਇੰਪੋਰਟੈਂਸ ਗੁਰੂ ਸਾਹਿਬ ਨੇ ਪੂਰੀ ਦਿੱਤੀ ਹੈ, ਉਹਨਾਂ ਨੇ ਕਿਹਾ ਮਤ ਮਾਤਾ ਸੰਤੋਖ ਪਿਤਾ, ਕਿਤੇ ਵੀ ਉਹਨਾਂ ਨੇ ਫਰਕ ਨਹੀਂ ਕੀਤਾ ਹੋਇਆ, ਤਨ ਜੰਨੀ ਜੰਜਾਇਆ ਤਨ ਪਿਤਾ ਪ੍ਰਧਾਨ। ਮਤ ਇਜ਼ ਵਿਜ਼ਡਮ, ਮਾਂ ਨੂੰ ਉਹਨਾਂ ਨੇ ਵਿਜ਼ਡਮ ਦੇ ਨਾਲ, ਵਿਜ਼ਡਮ ਇਜ਼ ਕਲੈਰਿਟੀ, ਵੈਲਿਊ ਸਿਸਟਮ ਤੁਸੀਂ ਆਪਣੇ ਬੱਚੇ ਨੂੰ ਦਿਓਗੇ। ਐਂਡ ਦੈਨ ਜੋ ਕਪਲ ਦੀ ਗੱਲ ਗੁਰੂ ਸਾਹਿਬ ਨੇ, ਜੋ ਇੱਕ ਹਾਊਸ ਹੋਲਡ ਸਾਡਾ ਹੁਣ ਗ੍ਰਸਥ ਹੋ ਗਿਆ ਕਿ ਮੈਂ ਔਰ ਮੇਰਾ ਹਸਬੈਂਡ ਮੇਰੇ ਬੱਚੇ, ਉਹਦੇ 'ਚ ਫੈਮਿਲੀ ਮੈਂਬਰਸ ਨਹੀਂ ਆ ਰਹੇ, ਸਿਰਫ ਨਿਊਕਲੀਅਰ ਫੈਮਿਲੀ, ਮੀ ਐਂਡ ਮਾਈ ਸੈਲਫ, ਦੋ ਚੀਜ਼ਾਂ ਆ ਗਈਆਂ। ਲੇਕਿਨ ਗੁਰੂ ਸਾਹਿਬ ਨੇ 500-550 ਸਾਲ ਪਹਿਲੇ ਕਿਹਾ ਸੀ, ਸੋਇਨਾ ਰੂਪਾ ਰੰਗਲਾ ਮੋਤੀ ਤੇ ਮਾਣਕ ਜੀਓ, ਜੋ ਵਸਨ ਤੈ ਦਿੱਤੀਆਂ ਮੈਂ ਤਿਸ ਲਾਗਾ ਚਿੱਤ ਜੀਓ, ਮੰਦਰ ਮਿੱਟੜੀ ਸੰਦੜੇ ਪੱਥਰ ਕੀਨੇ ਰਾਸ ਜੀਓ, ਹੋ ਇੰਨੀ ਟੋਲੀ ਪੁਲੀਅਸ ਤਿਸਕੰਤ ਨਾ ਬੈਠੀ ਪਾਸ ਜੀਓ। ਅੱਜ ਇੱਕ ਕਪਲ ਦੀ ਜਿਹੜੀ ਕਨਵਰਸੇਸ਼ਨ ਹੈ ਆਪਸ ਦੇ ਵਿੱਚ, ਜਾਂ ਤਾਂ ਉਹ ਸੀਰੀਅਲਸ ਉੱਤੇ ਬੇਸਡ ਹੈ, ਜਾਂ ਫਿਰ ਜੁਲਰੀ, ਕੱਪੜਾ, ਤੁਹਾਡਾ ਕਿੰਨਾ ਖਰਚਾ ਤੁਹਾਨੂੰ ਮਿਲੇਗਾ, ਤੁਹਾਡੇ ਬੈਂਕ ਦਾ ਸੈਪਰੇਟ ਅਕਾਊਂਟ, ਇਟ ਇਜ਼ ਐਵਰੀਵੇਅਰ। ਕੋਈ ਇਹ ਨਹੀਂ ਹੈ, ਕੋਈ ਬੜਾ ਰੇਅਰ ਹੋਏਗਾ ਜਿੱਥੇ ਨਹੀਂ ਹੈ। ਐਂਡ ਇਫ ਯੂ ਆਰ ਐਜੂਕੇਟਡ, ਇਫ ਯੂ ਆਰ ਫਾਈਨੈਂਸ਼ਲੀ ਸਟਰੋਂਗ, ਦੈਨ ਯੂ ਹੈਵ ਐਨ ਆਪਸ਼ਨ ਕਿ ਤੁਸੀਂ ਬਹੁਤ ਆਰਾਮ ਨਾਲ ਜਾਂ ਤਾਂ ਡਿਵੋਰਸ ਲੈ ਕੇ ਅਲੱਗ ਹੋ ਸਕਦੇ ਹੋ, ਜਾਂ ਤੁਸੀਂ ਪੂਰੀ ਤਰ੍ਹਾਂ ਅਲੱਗ ਹੋ ਸਕਦੇ ਹੋ। ਬਟ ਦਿਸ ਇਜ਼ ਨੋਟ ਦੀ ਐਮਪਾਵਰਮੈਂਟ ਐਂਡ ਦਿਸ ਇਜ਼ ਨੋਟ ਦੀ ਸਲਿਊਸ਼ਨ। ਇੱਕ ਮਾਂ ਦਾ ਰੋਲ, ਬੱਚੇ ਦੇ ਮਾਂ ਜਿਹੜੀ ਹੈ ਉਹ ਹਰ ਬੱਚੇ ਦੀ ਪਹਿਲੀ ਗੁਰੂ ਹੈ, ਉਹਨੇ ਬੱਚੇ ਨੂੰ ਗੁਰੂ ਨਾਲ ਵੀ ਜੋੜਨਾ ਔਰ ਉਹਨੇ ਬੱਚੇ ਨੂੰ ਮਾਂ ਬੋਲੀ ਦੇ ਨਾਲ ਵੀ ਜੋੜਨਾ ਔਰ ਪੂਰਾ ਵੈਲਿਊ ਸਿਸਟਮ। ਅਗਰ ਬੱਚਾ ਕਿਤੇ ਗਲਤ ਕਰ ਰਿਹਾ ਤਾਂ ਮਾਂ ਹੀ ਉਹਨੂੰ ਕਰੈਕਟ ਕਰ ਸਕਦੀ ਹੈ। ਬਹੂ ਪਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪਿਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਿਬੇੜਾ ਤੇਰਾ ਜੀਪੇ ਦੀਜੇ। ਤੁਸੀਂ ਖੁਦ ਰਿਸਪੋਂਸੀਬਲ ਹੋ ਗਏ, ਓਬਵੀਅਸਲੀ ਤੁਹਾਡੇ ਪੇਰੈਂਟਸ ਵੀ। ਅੱਜ ਆਈ ਐਮ ਜਸਟ ਗਿਵਿੰਗ ਦਿਸ ਐਗਜ਼ਾਮਪਲ, ਜਦੋਂ ਟੈਰਰਿਸਟ ਦੀ ਗੱਲ ਹੁੰਦੀ ਔਰ ਉਹਨਾਂ ਦੇ ਪੇਰੈਂਟਸ ਨੂੰ ਇੰਟਰਵਿਊ ਵਾਸਤੇ ਲਿਆਇਆ ਜਾਂਦਾ, ਤਾਂ ਦੇ ਫੀਲ ਅਸ਼ੇਮਡ ਐਂਡ ਦੇ ਦੈਮਸੈਲਫ ਡੋਂਟ ਨੋ ਵੇਅਰ ਦੇ ਫੇਲਡ। ਸੋ ਪੂਰਾ ਬਲੇਮ ਹਮੇਸ਼ਾ ਅਗਰ ਅਸੀਂ ਦੇਖੀਏ ਤਾਂ ਟੀਚਰਸ ਪੇਰੈਂਟਸ 'ਤੇ ਬਲੇਮ ਕਰਦੇ ਨੇ ਔਰ ਪੇਰੈਂਟਸ ਟੀਚਰ ਦੇ ਉੱਤੇ ਬਲੇਮ ਕਰਦੇ ਨੇ, ਤਾਂ ਵੈਨ ਇਟ ਇਜ਼ ਐਵਰੀਬਡੀਜ਼ ਰਿਸਪੋਂਸੀਬਿਲਿਟੀ, ਇਟ ਇਜ਼ ਨੋਬਡੀਜ਼ ਰਿਸਪੋਂਸੀਬਿਲਿਟੀ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਸ਼ਬਦ ਗੁਰੂ ਸਾਹਿਬ ਨੇ ਮਾਈ ਨੂੰ ਸੰਬੋਧਿਤ ਕਰਦੇ ਹੋਏ ਸ਼ੁਰੂ ਕੀਤੇ, ਮਾਂ ਜਿਸ ਏਜ 'ਚ ਵੀ ਤੁਸੀਂ ਚਲੇ ਜਾਓਗੇ ਤੁਹਾਨੂੰ ਤੁਹਾਡੀ ਮਦਰ ਜਿਹੜੀ ਉਹ ਕਦੀ ਨਹੀਂ ਭੁੱਲੇਗੀ। ਬਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ, ਪਹਿਲਾ ਪਿਆਰ ਲਗਾ ਥਨ ਦੁੱਧ, ਦੂਜਾ ਮਾਈ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ। ਅਸੀਂ ਕਹਿੰਦੇ ਹਾਂ ਕਿ ਪਹਿਲੀ ਅਟੈਚਮੈਂਟ ਜਿਹੜੀ ਹੈ ਬੱਚੇ ਦੀ ਮਦਰ ਦੇ ਨਾਲ ਹੈ, ਉਹਦੀ ਫੀਡ ਦੇ ਨਾਲ ਹੈ। ਈਵਨ ਸਾਈਕੋਲੋਜਿਸਟ ਫਰੋਇਡ ਨੇ ਵੀ ਕਿਹਾ ਕਿ ਪਹਿਲਾ ਫੀਡ ਨਾਲ ਹੈ, ਲੇਕਿਨ ਮੈਂ ਸਮਝਦੀ ਹਾਂ ਕਿ ਇੱਕ ਪਹਿਲੀ ਇੰਟਰੋਡਕਸ਼ਨ ਵਿਦ ਦ ਫੈਮਿਲੀ, ਇੱਕ ਪਹਿਲੀ ਇੰਟਰੈਕਸ਼ਨ ਵਿਦ ਸੋਸਾਇਟੀ ਇੱਕ ਮਦਰ ਦੇ ਥਰੂ ਹੁੰਦੀ ਹੈ। ਔਰ ਅਗਰ ਉਹ ਬਾਇਸਡ ਹੈ, ਮਾਂ ਦੀ ਜਿਹਦੇ ਨਾਲ ਬਣੇਗੀ ਉਹਦੇ ਕੋਲ ਬੱਚੇ ਨੂੰ ਭੇਜ ਦੇਗੀ, ਨਾ ਵੀ ਸੀ ਕਿ ਘਰ ਦੇ ਐਲਡਰਸ ਦੇ ਕੋਲ ਦੇ ਸੀ ਕਿ ਇਹ ਬੱਚੇ ਨੂੰ ਵਿਗਾੜ ਦੇਣਗੇ। ਜਿਸ ਤਰ੍ਹਾਂ ਤੁਸੀਂ ਇੱਕ ਮਾਂ ਹੋ, ਉਹ ਵੀ ਇੱਕ ਮਾਂ ਹੈ, ਉਹਨਾਂ ਨੂੰ ਆਪਣੀ ਫੈਮਿਲੀ ਦੇ ਵਿੱਚ ਇਨਵੋਲਵ ਕਰਕੇ ਰੱਖੋ। ਅਦਰਵਾਈਜ਼ ਪਲੀਜ਼ ਡੋਂਟ ਕਾਲ ਯੂਅਰ ਸੈਲਫ ਐਜੂਕੇਟਡ। ਅਗਰ ਤੁਸੀਂ ਬਾਹਰ ਲੈਕਚਰਸ ਕਰ ਰਹੇ ਹੋ, ਬਾਹਰ ਐਜ਼ ਟੀਚਰਸ, ਬਾਹਰ ਐਜ਼ ਜਰਨਲਿਸਟ ਗੱਲਾਂ ਕਰ ਰਹੇ ਹੋ, ਘਰ ਦੇ ਵਿੱਚ ਜਾ ਕੇ ਦੇਖੋ ਦ ਪੇਰੈਂਟਸ ਹੂ ਵੇਟ ਫੋਰ ਯੂ, ਜਾਂ ਜਿਨ੍ਹਾਂ ਨੇ ਤੁਹਾਨੂੰ ਉਂਗਲੀ ਪਕੜ ਕੇ ਚਲਾਇਆ ਔਰ ABC ਤੋਂ ਸਟਾਰਟ ਕਰਾਇਆ, ਤੁਸੀਂ ਇੱਕਦਮ ਪ੍ਰੋਫੈਸਰ, ਇੱਕਦਮ ਰਾਈਟਰ, ਇੱਕਦਮ ਜਰਨਲਿਸਟ ਕੁਛ ਨਹੀਂ ਬਣ ਗਏ ਸੀ। ਸੋ ਪਲੀਜ਼ ਇਨਵੋਲਵਮੈਂਟ ਔਰ ਕਨੈਕਟਡਨੈਸ, ਜਦੋਂ ਗੁਰੂ ਸਾਹਿਬ ਸੰਗਤ ਦੀ ਗੱਲ ਕਰਨ, ਸੰਗਤ ਪਹਿਲੀ ਹੈ ਕਿ ਜਿਹੜੀ ਤੁਸੀਂ ਖੁਦ ਨਾਲ ਕਰੋਗੇ, ਇਹ ਮਨ ਮੇਰਿਆ ਚਤੁਰਾਈ ਕਿਨੇ ਨਾ ਪਾਇਆ, ਪਹਿਲਾ ਡਾਇਲੋਗ ਤੁਹਾਡਾ ਆਪਣੇ ਨਾਲ ਹੈ। ਐਂਡ ਦੈਨ ਸੰਗਤ ਜਿਹੜੀ ਹੈ ਤੁਸੀਂ ਫੈਮਿਲੀ ਦੇ ਨਾਲ ਵੀ ਕਰ ਸਕਦੇ ਹੋ, ਤੁਸੀਂ ਸੁਸਾਇਟੀ ਨੇਬਰਸ ਦੇ ਨਾਲ ਵੀ ਸੰਗਤ ਕਰ ਸਕਦੇ ਹੋ। ਔਰਤ ਦੀ ਐਵੋਲਿਊਸ਼ਨ ਦੀ ਗੱਲ ਕੀਤੀ ਹੈ, ਔਰਤ ਨੂੰ ਰੁਕਿਆ ਹੋਇਆ, ਦੱਬਿਆ ਹੋਇਆ, ਜਦੋਂ ਅਸੀਂ ਮਲਟੀ ਡਾਇਮੈਂਸ਼ਨਲ ਪਰਸਨੈਲਿਟੀ ਦੀ ਗੱਲ ਕਰ ਰਹੇ ਹਾਂ, ਉੱਥੇ ਗੁਰੂ ਸਾਹਿਬ ਨੇ 32 ਸੁਲੱਖਣੀ ਦੀ ਗੱਲ, 32 ਕੁਆਲਿਟੀਜ਼ ਆਫ ਅ ਵੁਮਨ, ਜਿਹਦੇ ਵਿੱਚ ਸੁੰਦਰਤਾ, ਸਵੱਛਤਾ, ਖੁਦ ਨੂੰ ਸਜਾਉਣਾ, ਕਾਰ ਨੂੰ ਸਜਾਉਣਾ, ਕੁਕਿੰਗ। ਹੁਣ ਅਸੀਂ ਕਹਾਂਗੇ ਸਾਰਾ ਕੁਝ ਔਰਤ ਹੀ ਕਰੇਗੀ ਅਤੇ ਪੁਰਸ਼ ਕੀ ਕਰਨਗੇ, ਬਟ ਵਾਟ ਹੈਪਨਸ ਇਜ਼ ਕਿ ਸਾਡੇ ਕੋਲ ਜਿਹੜਾ ਆਈਡੀਅਲ ਟਾਈਮ ਹੈ
ਵੀ ਗੋ ਇਨ ਟੂ ਡਿਪਰੈਸ਼ਨ ਅਗਰ ਅਸੀਂ ਜੋਬ ਨਹੀਂ ਕਰ ਰਿਹਾ ਤਾਂ ਅਸੀਂ ਡਿਪਰੈਸ਼ਨ ਚਲੇ ਜਾਂਦੇ ਹਾਂ ਐਂਡ ਦੈਨ ਵੀ ਗੋ ਇਨ ਫੋਰ ਕੋਰਸਿਸ ਅਸੀਂ ਕੁਕਿੰਗ ਦਾ ਕੋਰਸ ਸਿੱਖਣ ਜਾ ਰਹੇ ਹਾਂ ਇੰਟੀਰੀਅਰ ਡਿਜ਼ਾਇਨਿੰਗ ਪਰ ਅੱਜ ਅਗਰ ਅਸੀਂ ਦੇਖੀਏ ਤਾਂ ਫੈਸ਼ਨ ਡਿਜ਼ਾਇਨਿੰਗ ਦੀ ਫੀਲਡ ਦੇ ਵਿੱਚ ਮੇਲਸ ਵੀ ਹਨ ਦੈਨ ਹੋਟੇਲ ਦੇ ਵਿੱਚ ਜਿਹੜੇ ਸ਼ੈਫਸ ਹਨ ਦੇ ਮੋਸਟਲੀ ਦੇ ਆਰ ਮੇਲਸ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਔਰਤ ਹੀ ਕਿਉਂ ਕਰੇਗੀ ਦਿਸ ਇਜ਼ ਇਨ ਫੈਕਟ ਅਨਫੋਲਡਿੰਗ ਯੋਰ ਪਰਸਨੈਲਿਟੀ ਐਕਸਪਲੋਰਿੰਗ ਯੋਰ ਪਰਸਨੈਲਿਟੀ ਅਸੀਂ ਜਿਹੜਾ ਰੁਕ ਗਏ ਹਾਂ ਅਸੀਂ ਆਪਣਾ ਟਾਈਮ ਪਾਸ ਸੀਰੀਅਲਸ 'ਚ ਕਰਨੇ ਹਾਂ ਅਸੀਂ ਆਪਣਾ ਟਾਈਮ ਪਾਸ ਕਿੱਟੀਜ਼ 'ਚ ਕਰ ਰਹੇ ਹਾਂ ਬਟ ਕਿੱਟੀ ਕਲਚਰ ਜਿਹੜਾ ਹੈ ਉਹ ਤੁਹਾਨੂੰ ਬਿਲਕੁਲ ਆਈਸੋਲੇਟ ਕਰੇਗਾ ਆਈ ਹੈਵ ਅਬਜ਼ਰਵਡ ਬਿਜ਼ਨਸ ਵੂਮਨ ਬਿਜ਼ਨਸ ਮੈਨ ਦੀ ਜੋ ਵਾਈਫਸ ਹਨ ਉਹਨਾਂ ਦੀ ਕਿੱਟੀ ਅਲੱਗ ਹੈ ਜੋ ਟੀਚਰਸ ਹਨ ਉਹਨਾਂ ਦੀ ਕਿੱਟੀ ਅਲੱਗ ਹੈ ਦੈਨ ਇੰਜੀਨੀਅਰਸ ਡਾਕਟਰਸ ਉਹਨਾਂ ਦੀ ਕਿੱਟੀ ਅਲੱਗ ਹੈ ਔਰ ਬੇਸਿਕਲੀ ਘੁੰਮ ਫਿਰ ਕੇ ਇਹ ਕੱਪੜੇ ਦੇ ਉੱਤੇ ਔਰ ਜਵੈਲਰੀ ਦੇ ਉੱਤੇ ਆ ਜਾਂਦਾ ਹੈ ਇੱਕ ਟਰੂ ਫਰੈਂਡਸ਼ਿਪ ਜਾਂ ਇੱਕ ਬੋਂਡਿੰਗ ਜਿਹੜੀ ਹੈ ਆਈ ਹੈਵ ਓਬਜ਼ਰਵਡ ਕਿ ਉਹ ਇੰਨੀ ਜ਼ਿਆਦਾ ਡਿਵੈਲਪ ਨਹੀਂ ਹੋ ਰਹੀ ਸੋ ਯੂ ਆਰ ਜਸਟ ਵੇਸਟਿੰਗ ਯੋਰ ਟਾਈਮ ਉਸ ਚੀਜ਼ ਨੂੰ ਉਸ ਆਪਣੇ ਮਾਇੰਡ ਨੂੰ ਤੁਸੀਂ ਪ੍ਰੋਡਕਟਿਵਲੀ ਕਿਤੇ ਯੂਜ਼ ਕਰ ਸਕਦੇ ਹੋ 32 ਸੁਲੱਖਣੀ ਦੀ ਪੰਕਤੀ ਦੇ ਵਿੱਚ ਪੂਰਾ ਫਲਸਫਾ ਇੱਕ ਡਿਜ਼ਾਇਰ ਜੋ ਔਰਤ ਦੀ ਹੁੰਦੀ ਹੈ ਉਹਦੇ ਵਿੱਚ ਉਹਨਾਂ ਨੇ ਜੁਆਇੰਟ ਫੈਮਿਲੀ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਫਲਸਫਾ ਰੱਖਿਆ ਐਂਡ ਦੈਨ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇੱਕ ਔਰਤ ਦੀ ਖਵਾਹਿਸ਼ ਹੁੰਦੀ ਹੈ ਕਿ ਉਹਦੀ ਓਪੀਨੀਅਨ ਮੰਨੀ ਜਾਏ ਔਰ ਉਹਦੀ ਓਪੀਨੀਅਨ ਫੈਮਿਲੀ ਮੈਟਰ 'ਚ ਲਿੱਤੀ ਜਾਏ 32 ਸੁਲੱਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ ਇੱਛ ਪੁਨੇ ਮਨ ਕੰਤ ਸੁਆਮੀ ਸਗਲ ਸੰਤੋਖੀ ਦੇਰ ਜਿਠਾਨੀ ਸਭ ਪਰਿਵਾਰੇ ਮਾਹੇ ਸ੍ਰੇਸ਼ਟ ਮੱਤੀ ਦੇਵੇ ਦੇਵਰ ਦੇਠ ਤਨ ਸੁਗ੍ਰਹਿਜਿਤ ਪ੍ਰਗਟਿਆਏ ਨਾਨਕ ਸੂਖੇ ਸੂਖ ਵਿਹਾਏ ਸੱਚ ਸੰਤਤ ਪੂਤ ਸੱਚ ਉਹਦਾ ਬੇਟਾ ਹੈ ਸੱਚ ਕਦੀ ਵੀ ਝੂਠ ਦੀ ਕੋਕ ਤੋਂ ਜਨਮ ਨਹੀਂ ਲਏਗਾ ਉਹ ਮਾਂ ਕੈਸੀ ਹੋਏਗੀ ਜਿਹੜੀ ਸੱਚ ਨੂੰ ਜਨਮ ਦੇਗੀ ਐਂਡ ਦੈਨ ਮੱਤੀ ਦੇਵੇ ਦੇਵਰ ਜੇਠ ਕਿ ਜੁਆਇੰਟ ਫੈਮਿਲੀ ਦੀ ਗੱਲ ਆ ਗਈ ਦੇਵਰ ਸਗਲ ਸੰਤੋਖੀ ਦੇਰ ਜਿਠਾਨੀ ਕਿ ਸਾਰੀ ਫੈਮਿਲੀ ਇਕੱਠੀ ਹੋ ਕੇ ਰਹੇ ਇਸ ਤਰ੍ਹਾਂ ਦਾ ਗ੍ਰਹਿਸਥ ਔਰ ਇਸ ਤਰ੍ਹਾਂ ਦੀ ਔਰਤ ਦੀ ਗੱਲ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਕੋਨਸੈਪਟ ਰੱਖਿਆ ਔਰ ਜੋ ਅਸੀਂ ਅਗਰ ਇਹਨੂੰ ਅਸੀਂ ਫੋਲੋ ਕਰੀਏ ਜਾਂ ਪਹਿਲਾਂ ਦੇ ਅੰਡਰਸਟੈਂਡਿੰਗ ਕਰ ਲਈਏ ਸਾਨੂੰ ਐਮਪਾਵਰਮੈਂਟ ਮੰਗਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਲਿਬਰੇਸ਼ਨ ਮੰਗਣ ਦੀ ਜ਼ਰੂਰਤ ਨਹੀਂ ਹੈ ਦੋ ਐਗਜ਼ਾਮਪਲਸ ਮੈਂ ਸ਼ੇਅਰ ਕਰਾਂਗੀ ਵੈਨ ਆਈ ਸੇ ਕਿ ਐਜੂਕੇਸ਼ਨ ਔਰ ਫਾਈਨੈਂਸ ਦਾ ਤਲਕ ਵੁਮੈਨ ਐਮਪਾਵਰਮੈਂਟ ਨਾਲ ਨਹੀਂ ਹੈ ਫਸਟ ਐਗਜ਼ਾਮਪਲ ਇਜ਼ ਸੁਨੀਤਾ ਕ੍ਰਿਸ਼ਨ ਤੁਸੀਂ ਅਗਰ ਔਨਲਾਈਨ ਜਾਓਗੇ ਯੂ ਕੈਨ ਚੈੱਕ ਨਾਓ ਸ਼ੀ ਇਜ਼ ਇਨ ਹਰ ਫੋਰਟੀਜ਼ ਔਰ ਪ੍ਰਜਵਲਾ ਇੱਕ ਔਰਗਨਾਈਜੇਸ਼ਨ ਹੈ ਹੈਦਰਾਬਾਦ ਦੇ ਵਿੱਚ ਜੋ ਕਿ ਬੱਚਿਆਂ ਦੀ ਫਲੈਸ਼ ਟ੍ਰੇਡ ਨੂੰ ਡੀਲ ਕਰਦੀ ਹੈ ਸ਼ੀ ਵਾਜ਼ ਗੈਂਗਰੇਪਡ ਵੈਨ ਸ਼ੀ ਵਾਜ਼ 15 ਉਹ ਕਿਸੇ ਨੂੰ ਪਹਿਚਾਣ ਨਹੀਂ ਪਾਈਆਂ ਸਨ ਸ਼ੀ ਸਰਵਾਈਵਡ 2 ਸਾਲ ਉਹਨਾਂ ਨੂੰ ਫੈਮਿਲੀ ਔਰ ਸੁਸਾਇਟੀ ਦੀ ਕੋਈ ਸਪੋਰਟ ਨਹੀਂ ਸੀ 15 ਈਅਰਸ ਕੋਈ ਫਾਈਨੈਂਸ ਨਹੀਂ ਹੈ ਕੋਈ ਐਜੂਕੇਸ਼ਨ ਨਹੀਂ ਹੈ ਸ਼ੀ ਕੰਪਲੀਟਿਡ ਹਰ PhD ਫਰੋਮ JNU ਨਾਓ ਸ਼ੀ ਇਜ਼ ਮੈਰਿਡ ਉਹਨਾਂ ਨੇ ਇਕੱਲੇ ਇਸ ਔਰਗਨਾਈਜੇਸ਼ਨ ਨੂੰ ਚਲਾਇਆ ਫਾਈਨੈਂਸ ਨਹੀਂ ਔਰ ਐਜੂਕੇਸ਼ਨ ਦਾ ਤਲਕ ਨਹੀਂ ਔਰਗਨਾਈਜੇਸ਼ਨ ਬਹੁਤ ਪੁਰਾਣੀ ਔਰ ਕਾਫੀ ਕੇਸਿਸ ਉਹ ਕਰ ਚੁੱਕੀ ਹਨ ਸ਼ੀ ਇਜ਼ ਇਨ ਪਬਲਿਕ ਡੋਮੇਨ ਨਾ ਉਹਨਾਂ ਨੇ ਆਪਣੇ ਆਪ ਨੂੰ ਛੁਪਾ ਕੇ ਨਹੀਂ ਰੱਖਿਆ ਸੈਕਿੰਡ ਇਜ਼ ਮਲਾਲਾ ਜੋ ਪਾਕਿਸਤਾਨ ਦੇ ਵਿੱਚ ਜਸਟ 14 ਈਅਰ ਓਲਡ ਗਰਲ ਜੋ ਬੱਚਿਆਂ ਦੇ ਐਜੂਕੇਸ਼ਨ ਜਾਂ ਗਰਲਸ ਦੀ ਐਜੂਕੇਸ਼ਨ ਦੇ ਹੱਕਾਂ ਵਾਸਤੇ ਲੜ ਰਹੀ ਹੈ ਸ਼ੀ ਹੈਜ਼ ਅ ਵੈਰੀ ਹੰਬਲ ਬੈਕਗਰਾਊਂਡ ਉਹਦੇ ਕੋਲ ਕੋਈ ਐਸਾ ਨਹੀਂ ਹੈ ਕਿ ਉਹਨੇ ਬਹੁਤ ਉਹਦੇ ਕੋਲ ਪੈਸਾ ਜਾਂ ਉਹਦੇ ਕੋਲ ਬੜੀ ਮੀਡੀਆ ਦੀ ਰੀਚ ਸੀ ਬਟ ਸਟਿਲ ਸ਼ੀ ਪਰਸਿਸਟਡ ਸ਼ੀ ਹੈਜ਼ ਰੀਚਡ ਉਹਨੇ ਜੋ ਕੰਮ ਕੀਤਾ ਇੱਕ ਉਹਨੇ ਆਈ ਕੈਨ ਸੇ ਕਿ ਇੱਕ ਪਰਪਸ ਸੀ ਜ਼ਿੰਦਗੀ ਦਾ ਕਿ ਆਪਣੇ ਤੋਂ ਇਲਾਵਾ ਵੀ ਸਮਾਜ ਵਾਸਤੇ ਕੁਛ ਕਰਨਾ ਪੂਰਾ ਵੁਮੈਨ ਐਮਪਾਵਰਮੈਂਟ ਚਿੰਤਾ ਦੇ ਵਾਸਤੇ ਤਾਂ ਨਹੀਂ ਹੈ ਲੇਕਿਨ ਚਿੰਤਨ ਵਾਸਤੇ ਹੈ ਇਟ ਇਜ਼ ਫੋਰ ਰਿਫਲੈਕਸ਼ਨ ਤਾਂ ਹੁਣ ਅਸੀਂ ਘਰ ਜਾ ਕੇ ਖੁਦ ਹੀ ਦੇਖਣਾ ਹੈ ਨੋ ਵਨ ਕੈਨ ਡੂ ਦਿਸ ਅਨਾਲਿਸਿਸ ਫੋਰ ਅਸ ਤਾਂ ਜਦੋਂ ਸਾਨੂੰ ਜਵਾਬ ਮਿਲ ਰੋਸ ਨਾ ਕੀਜੇ ਉੱਤਰ ਦੀਜੇ ਅਸੀਂ ਖੁਦ ਨੂੰ ਆਨਸਰੇਬਲ ਹਾਂ ਵੀ ਆਰ ਨੋਟ ਆਨਸਰੇਬਲ ਟੂ ਐਨੀਬਡੀ ਔਰ ਸਾਨੂੰ ਬਾਹਰੋਂ ਕਿਸੇ ਦੀ ਓਪੀਨੀਅਨ ਲੈਣ ਦੀ ਜ਼ਰੂਰਤ ਹੀ ਨਹੀਂ ਬਿਕੋਜ਼ ਆਪਣੇ ਤੋਂ ਜ਼ਿਆਦਾ ਖੁਦ ਕਿਸੇ ਨੂੰ ਕੋਈ ਨਹੀਂ ਸਮਝ ਸਕਦਾ ਮੈਂ ਜਿੱਥੋਂ ਆਪਣੀ ਗੱਲ ਸ਼ੁਰੂ ਕੀਤੀ ਸੀ ਮੈਟਾਫਿਜ਼ੀਕਲ ਥੋਟ ਤੋਂ ਮੈਂ ਆਪਣੀ ਗੱਲ ਉੱਥੇ ਹੀ ਖਤਮ ਕਰਾਂਗੀ ਕਿ ਫਿਜ਼ੀਕਲ ਤੋਂ ਫਿਰ ਮੈਟਾਫਿਜ਼ੀਕਲ ਦੀ ਜਰਨੀ ਹੈ ਕਿਉਂਕਿ ਅਸੀਂ ਲੋਕਾਂ ਦਾ ਸਾਡਾ ਅਲਟੀਮੇਟ ਏਮ ਇਜ਼ ਸੈਲਵੇਸ਼ਨ ਮੁਕਤੀ ਵਾਈ ਲਿਵਿੰਗ ਜੀਵਨ ਮੁਕਤ ਦਾ ਜੋ ਫਲਸਫਾ ਗੁਰਮਤ ਦੇ ਵਿੱਚ ਹੈ ਸ਼ਬਦ ਔਰ ਸੁਰਤ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਇਹਦੇ ਉੱਤੇ ਬੇਸਡ ਹੈ ਸੁਰਤ ਜਿਹੜੀ ਹੈ ਉਹਨੇ ਸ਼ਬਦ ਦੇ ਵਿੱਚ ਲੀਨ ਹੋਣਾ ਹੈ ਇਹ ਉਹਦਾ ਅਲਟੀਮੇਟ ਏਮ ਹੈ ਲੇਕਿਨ ਜੋ ਵੇ ਆਫ ਲਾਈਫ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਦੱਸਿਆ ਉਹਨਾਂ ਨੇ ਵੁਮਨ ਨੂੰ ਇੱਕ ਯੂਸਫੁਲ ਮੈਂਬਰ ਆਫ ਦ ਸੁਸਾਇਟੀ ਤੁਸੀਂ ਪਰਮਾਤਮਾ ਆਪਣੀ ਸਿਰਜਣਾ ਆਪਣੀ ਕ੍ਰੀਏਸ਼ਨ ਇੱਕ ਔਰਤ ਦੇ ਰਾਹੀਂ ਭੇਜ ਰਿਹਾ ਅਤੇ ਫਿਰ ਔਰਤ ਦੀ ਗੱਲ ਉਹਨਾਂ ਨੇ ਕੀਤੀ ਹੈ ਜਨਨੀ ਜਨੇ ਸੁਭਕਤ ਜਨ ਯਾਦ ਆਤਾ ਜਾਂ ਸੂਰ ਨਹੀਂ ਤੂੰ ਜਨਨੀ ਬਾਂਝ ਰਹੇ ਕਾਏ ਗਵਾਏ ਨੂਰ ਤੁਸੀਂ ਇੱਕ ਅੱਛਾ ਇਨਸਾਨ ਇੱਕ ਰੋਲ ਮਾਡਲ ਸੁਸਾਇਟੀ ਨੂੰ ਦਿਓ ਔਰ ਸੁਰਤ ਔਰ ਸ਼ਬਦ ਦੀ ਜੋ ਗੱਲ ਹੈ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਪੂਰੀ ਹਿਊਮੈਨਿਟੀ ਵਾਸਤੇ ਹੈ ਇੱਕ ਕਮਿਊਨਿਟੀ ਦੇ ਉੱਤੇ ਬੇਸਡ ਨਹੀਂ ਹੈ ਇਟ ਇਜ਼ ਨੋਟ ਓਨਲੀ ਫੋਰ ਸਿੱਖਸ ਹੈ ਹਿਊਮੈਨਿਟੀ ਕਿਉਂਕਿ ਉਪਦੇਸ਼ 4 ਵਰਨਾਂ ਕੋ ਸਾਂਝਾ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ
ਇਹ ਕਮਿਟਮੈਂਟ ਸਾਡੇ ਸਭ ਦੀ ਹੋਣੀ ਚਾਹੀਦੀ ਹੈ ਕਿ ਦੁਨੀਆ ਤੱਕ ਇਹ ਫਲਸਫਾ ਪਹੁੰਚੇ। ਸਟੂਡੈਂਟਸ ਜਿੰਨੇ ਵੀ ਇਸ ਕਾਲਜ ਦੇ ਹਨ, ਐਜ਼ ਸਟੂਡੈਂਟਸ, ਐਜ਼ ਪ੍ਰੋਫੈਸ਼ਨਲਸ, ਉਹਨਾਂ ਦਾ ਵੇ ਆਫ ਲਾਈਫ, ਉਹਨਾਂ ਦਾ ਬਿਹੇਵੀਅਰ, ਉਹਨਾਂ ਦੇ ਪ੍ਰੋਫੈਸ਼ਨਲ ਐਥਿਕਸ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਕਿ ਦੁਨੀਆ ਆ ਕੇ ਉਹਨਾਂ ਨੂੰ ਪੁੱਛੇ, ਕਵਨ ਗੁਰੂ ਜਿਸਕਾ ਤੂੰ ਚੇਲਾ, ਔਰ ਜਿਸ ਫਲਸਫੇ ਨੂੰ ਗੁਰੂ ਸਾਹਿਬ ਸਾਡੇ ਸਾਹਮਣੇ ਰੱਖ ਕੇ ਗਏ, ਅਸੀਂ ਦੁਨੀਆ ਨੂੰ ਦੱਸ ਸਕੀਏ ਜਿਹੜਾ ਹਿਊਮੈਨਿਟੀ ਤੱਕ ਨਹੀਂ ਪਹੁੰਚਿਆ, ਸ਼ਬਦ ਗੁਰੂ ਸੁਰਤ ਦੁਨ ਚੇਲਾ। ਥੈਂਕ ਯੂ।